ਜੀ ਆਇਆਂ ਨੂੰ ਦੋਸਤੋ, ਮੈਂ ਡਾਕਟਰ ਇੰਦਰਜੀਤ ਕਮਲ ਅੱਜ ਫਿਰ ਤੁਹਾਡਾ ਆਪਣੇ ਇਸ ਚੈਨਲ 'ਤੇ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਵੱਖ ਵੱਖ ਤਰ੍ਹਾਂ ਦੇ ਸਿਰ ਦਰਦ ਦੀ ਹੋਮਿਓਪੈਥੀ ਇਲਾਜ ਬਾਰੇ ਇੱਕ ਵੀਡੀਓ ਬਣਾਈ ਤਾਂ ਬਹੁਤ ਸਾਰੇ ਦੋਸਤਾਂ ਨੇ ਹੋਰ ਰੋਗਾਂ ਬਾਰੇ ਵੀ ਵੀਡੀਓ ਬਣਾਉਣ ਦੀ ਮੰਗ ਕੀਤੀ ਅਤੇ ਦੋਸਤਾਂ ਦੀ ਮੰਗ ਨੂੰ ਲੈ ਕੇ ਅੱਜ ਇਨਸੋਮਨੀਆ ਜਾਣੀ ਕਿ ਉਨਿੰਦਰੇ ਬਾਰੇ ਇੱਕ ਵੀਡੀਓ ਬਣਾ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਇਹ ਵੀਡੀਓ ਵੀ ਪਹਿਲੀਆਂ ਵੀਡੀਓ ਵਾਂਗ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਇਸ ਤੋਂ ਫਾਇਦਾ ਉਠਾ ਸਕੋਗੇ। ਇਨਸੋਮਨੀਆ ਜਾਣੀ ਕਿ ਉਨਿੰਦਰਾ, ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਆਜ਼ਾਦ ਉਨਿੰਦਰਾ, ਆਜ਼ਾਦ ਉਨਿੰਦਰਾ ਜਾਣੀ ਕਿ ਜਿਹੜਾ ਆਪਣੇ ਆਪ ਵਿੱਚ ਖੁਦ ਇੱਕ ਬਿਮਾਰੀ ਹੈ, ਜਿਹਨੂੰ ਅੰਗਰੇਜ਼ੀ ਵਿੱਚ ਇੰਡੀਪੈਂਡੈਂਟ ਇਨਸੋਮਨੀਆ ਵੀ ਕਹਿੰਦੇ ਹਨ। ਇਹ ਖੁਦ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਅਤੇ ਹੋਰ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਦੂਸਰਾ ਜਿਹੜਾ ਕਿ ਡਿਪੈਂਡੈਂਟ ਇਨਸੋਮਨੀਆ ਹੈ, ਉਹ ਉਨਿੰਦਰਾ ਜਿਹੜਾ ਕਿਸੇ ਹੋਰ ਰੋਗ ਦੇ ਕਾਰਨ, ਬੇਸ਼ੱਕ ਉਹ ਸਿਰ ਦਰਦ, ਥਾਇਰਾਇਡ, ਪੇਟ ਦਰਦ, ਹਰਨੀਆਂ, ਪੱਥਰੀ, ਹੋਰ ਜੋੜਾਂ ਦਾ ਦਰਦ, ਗਠੀਆ, ਹੋਰ ਕਈ ਕਿਸਮ ਦੇ ਐਸੇ ਰੋਗ ਹੋ ਸਕਦੇ ਹਨ ਜਿਨ੍ਹਾਂ ਕਰਕੇ ਕਦੇ ਕਿਸੇ ਮਰੀਜ਼ ਨੂੰ ਨੀਂਦ ਨਹੀਂ ਆਉਂਦੀ, ਜਾਂ ਜਿਹਨੂੰ ਕਹਿ ਦਿੰਦੇ ਹਾਂ ਕਿ ਨੀਂਦ ਉੱਡ ਪੁੱਟ ਜਾਣਾ। ਇਹ ਉਨਿੰਦਰਾ ਉਹ ਹੁੰਦਾ ਡਿਪੈਂਡੈਂਟ ਇਨਸੋਮਨੀਆ, ਜਾਣੀ ਕਿ ਜਿਹੜਾ ਕਿਸੇ ਹੋਰ ਗੱਲ 'ਤੇ ਨਿਰਭਰ ਕਰਦਾ ਹੋਵੇ। ਆਪਣੇ ਆਪ ਵਿੱਚ ਉਹ ਉਨਿੰਦਰਾ ਇੱਕ ਬਿਮਾਰੀ ਨਹੀਂ ਹੁੰਦੀ, ਪਰ ਕਿਸੇ ਹੋਰ ਗਮ, ਦੁੱਖ, ਤਕਲੀਫ, ਦਰਦ ਕਾਰਨ ਜਦੋਂ ਸਾਨੂੰ ਨੀਂਦ ਨਹੀਂ ਆਉਂਦੀ ਤਾਂ ਉਹਨੂੰ ਡਿਪੈਂਡੈਂਟ ਇਨਸੋਮਨੀਆ, ਜਾਣੀ ਕਿ ਕਿਸੇ ਹੋਰ 'ਤੇ ਨਿਰਭਰ, ਜਿਹੜਾ ਕਿਸੇ ਹੋਰ ਰੋਗ ਦੇ ਕਾਰਨ ਜਾਂ ਹੋਰ ਕਿਸੇ ਮਾਨਸਿਕ ਸਥਿਤੀ ਦੇ ਕਾਰਨ ਇਨਸੋਮਨੀਆ ਹੋਵੇ, ਉਨਿੰਦਰਾ ਹੋਵੇ, ਉਹਨੂੰ ਡਿਪੈਂਡੈਂਟ ਇਨਸੋਮਨੀਆ ਕਿਹਾ ਜਾਂਦਾ। ਮੇਰਾ ਖਿਆਲ ਹੈ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਇਨਸੋਮਨੀਆ ਦੋ ਤਰ੍ਹਾਂ ਦਾ ਹੈ, ਉਨਿੰਦਰਾ ਦੋ ਤਰ੍ਹਾਂ ਦਾ ਹੈ। ਇੱਕ ਜਿਹੜਾ ਆਪਣੇ ਆਪ ਵਿੱਚ ਰੋਗ ਹੈ ਅਤੇ ਹੋਰ ਰੋਗਾਂ ਨੂੰ ਜਨਮ ਦੇ ਸਕਦਾ ਹੈ, ਇੱਕ ਦੂਸਰਾ ਉਹ ਕਿ ਜਿਹੜੇ ਸਾਨੂੰ ਕਿਸੇ ਕੋਈ ਹੋਰ ਰੋਗ ਜਿਹਦੀ ਦਰਦ, ਪੀੜ, ਦੁੱਖ, ਗਮ ਸਾਨੂੰ ਨੀਂਦ ਨਹੀਂ ਆਉਣ ਦਿੰਦੇ, ਉਹ ਵੀ ਉਨਿੰਦਰਾ ਹੀ ਹੁੰਦਾ। ਉਨਿੰਦਰੇ ਦੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਕਈ ਔਰਤਾਂ ਨੂੰ 40-45 ਸਾਲ ਦੀ ਉਮਰ ਤੋਂ ਬਾਅਦ ਜਦੋਂ ਮੀਨੋਪਾਜ਼, ਜਾਣੀ ਕਿ ਉਹਨਾਂ ਦੇ ਮੈਂਸਿਸ ਬੰਦ ਹੋ ਜਾਂਦੇ ਨੇ, ਮਾਹਵਾਰੀ ਬੰਦ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਕਈ ਵਾਰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ, ਜਿਸ ਕਾਰਨ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਵੱਖ ਵੱਖ ਪ੍ਰਕਾਰ ਦੇ ਨਸ਼ੇ ਕਰਨਾ ਜਾਂ ਜ਼ਿਆਦਾ ਅੰਗਰੇਜ਼ੀ ਦਵਾਈਆਂ ਖਾਣ ਨਾਲ ਵੀ ਕਈ ਵਾਰ ਸਥਿਤੀ ਬਣ ਜਾਂਦੀ ਹੈ ਕਿ ਸਾਡੀ ਨੀਂਦ ਹੀ ਉੱਡ ਪੁੱਟ ਜਾਂਦੀ ਹੈ, ਅਤੇ ਉਹਨੂੰ ਵੀ ਅਸੀਂ ਇਨਸੋਮਨੀਆ ਹੀ ਕਹਾਂਗੇ। ਇੰਡੀਪੈਂਡੈਂਟ ਇਨਸੋਮਨੀਆ, ਜਾਣੀ ਕਿ ਜਿਹੜਾ ਆਪਣੇ ਆਪ ਵਿੱਚ ਇੱਕ ਰੋਗ ਹੈ ਉਨਿੰਦਰਾ, ਉਹ ਕਈ ਵਾਰ ਸਾਨੂੰ ਬਹੁਤ ਮੁਸ਼ਕਲ ਪੈਦਾ ਕਰਦਾ ਹੈ। ਇੱਕ ਲੰਬਾ ਉਨਿੰਦਰਾ, ਜਦੋਂ ਕਿ ਕਿਸੇ ਮਰੀਜ਼ ਨੂੰ ਜ਼ਿਆਦਾ ਦੇਰ, ਜ਼ਿਆਦਾ ਦਿਨਾਂ ਤੱਕ, ਜ਼ਿਆਦਾ ਮਹੀਨਿਆਂ ਤੱਕ ਨੀਂਦ ਨਹੀਂ ਆਉਂਦੀ ਤਾਂ ਉਹਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਉਹ ਗੁੱਸੇਖੋਰਾ ਜਿਹਾ ਹੋ ਜਾਂਦਾ ਹੈ, ਇਰੀਟੇਬਿਲਿਟੀ ਉਹਦੇ ਵਿੱਚ ਬਹੁਤ ਵੱਧ ਜਾਂਦੀ ਹੈ, ਉਹ ਹਰ ਗੱਲ 'ਤੇ ਦੂਸਰੇ ਨਾਲ ਚਿੜ ਕੇ ਗੱਲ ਕਰਦਾ ਹੈ, ਅਤੇ ਅੱਗੋਂ ਕਈ ਵਾਰ ਐਸਾ ਮਾਹੌਲ ਬਣ ਜਾਂਦਾ ਹੈ ਕਿ ਅਗਲਾ ਵਿਅਕਤੀ ਵੀ ਉਹਦੇ ਨਾਲ ਗੁੱਸੇ ਨਾਲ ਗੱਲ ਕਰਦਾ ਹੈ, ਜਿਸ ਨਾਲ ਸਾਡਾ ਆਪਣਾ ਘਰ ਇੱਕ ਜੰਗ ਦਾ ਮੈਦਾਨ ਬਣ ਕੇ ਰਹਿ ਜਾਂਦਾ ਹੈ। ਅਤੇ ਸਾਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਸਾਡੇ ਘਰ ਵਿੱਚ ਲੜਾਈ ਕਿਸ ਗੱਲ ਦੀ ਹੈ, ਜਦੋਂ ਕਿ ਇਹਦੇ ਪਿੱਛੇ ਜੋ ਇੱਕ ਕਹਾਣੀ ਹੁੰਦੀ ਹੈ ਉਹ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਨਿੰਦਰਾ, ਜਦੋਂ ਉਹ ਵਿਅਕਤੀ ਉਨਿੰਦਰੇ ਵਿੱਚ ਰਹਿੰਦਾ ਹੈ, ਸਵੇਰੇ ਉਹਨੂੰ ਸੁਸਤੀ ਪੈਂਦੀ ਹੈ, ਸਿਰ ਭਾਰਾ ਰਹਿੰਦਾ ਹੈ, ਕੁਛ ਕਰਨ ਨੂੰ ਜੀ ਨਹੀਂ ਕਰਦਾ, ਘਬਰਾਹਟ ਹੁੰਦੀ ਹੈ, ਅਤੇ ਉਹਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ,
ਉਹ ਚਿੜਚਿੜੇਪਣ ਵਿੱਚ ਕੋਈ ਮਾੜੀ ਜਿਹੀ ਨੂੰ ਟੋਕਾ ਟਾਕੀ ਕਰਦਾ ਹੈ, ਉਹ ਅੱਗੋਂ ਗਲ ਪੈ ਜਾਂਦਾ ਹੈ ਅਤੇ ਕਈ ਵਾਰ ਦੂਸਰਾ ਉਹਦੇ ਗਲ ਪੈ ਜਾਂਦਾ ਹੈ। ਇਸ ਤਰ੍ਹਾਂ ਆਪਸ ਵਿੱਚ ਤੂੰ ਤੂੰ ਮੈਂ ਹੁੰਦੀ ਹੈ, ਘਰ ਵਿੱਚ ਮਾਹੌਲ ਜਿਹੜਾ ਲੜਾਈ ਵਾਲਾ ਬਣ ਜਾਂਦਾ ਹੈ, ਅਤੇ ਜਿਸ ਕਾਰਨ ਸਾਨੂੰ ਆਪਣੇ ਆਪ ਨੂੰ ਇਹ ਸਮਝ ਨਹੀਂ ਆਉਂਦੀ ਕਿ ਲੜਾਈ ਦਾ ਕਾਰਨ ਕੀ ਹੈ। ਅਸਲ ਵਿੱਚ ਉਹ ਲੜਾਈ ਦਾ ਕਾਰਨ ਉਨੀਂਦਰੇ ਤੋਂ ਹੀ ਸ਼ੁਰੂ ਹੁੰਦਾ ਹੈ। ਉਨੀਂਦਰੇ ਕਾਰਨ ਹੀ ਉਸ ਵਿਅਕਤੀ ਦਾ ਸੁਭਾਅ ਜਿਹੜਾ ਹੈ ਉਹ ਚਿੜਚਿੜਾ ਹੋ ਜਾਂਦਾ ਹੈ, ਉਹ ਗੁੱਸੇਖੋਰਾ ਹੋ ਜਾਂਦਾ ਹੈ, ਅਤੇ ਇਹਦੇ ਕਾਰਨ ਹੌਲੀ ਹੌਲੀ ਅੱਗੇ ਗੱਲ ਵੱਧਦੀ ਜਾਂਦੀ ਹੈ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਲੜਾਈ ਸ਼ੁਰੂ ਕਿੱਥੋਂ ਹੋਈ ਸੀ। ਅਤੇ ਇਸ ਕਰਕੇ ਸਾਨੂੰ ਇਹੋ ਜਿਹੇ ਉਨੀਂਦਰੇ ਦਾ ਇਲਾਜ ਬਹੁਤ ਹੀ ਜ਼ਰੂਰੀ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਅੱਜ ਉਨੀਂਦਰੇ ਦੇ ਵੱਖ ਵੱਖ, ਬੇਸ਼ੱਕ ਉਹ ਇੰਡੀਪੈਂਡੈਂਟ ਇਨਸੋਮਨੀਆ ਹੋਵੇ ਜਾਂ ਉਹ ਡਿਪੈਂਡੈਂਟ ਇਨਸੋਮਨੀਆ ਹੋਵੇ, ਉਹਦੇ ਬਾਰੇ ਦਵਾਈਆਂ ਦੱਸਾਂਗਾ ਜਿਹੜੀਆਂ ਕਿ ਤੁਸੀਂ ਲੈ ਕੇ ਆਪਣੇ ਆਪ ਨੂੰ ਜਾਂ ਆਪਣੇ ਮਿੱਤਰ ਪਿਆਰੇ ਨੂੰ, ਆਪਣੇ ਸੱਜਣ ਨੂੰ, ਆਪਣੇ ਰਿਸ਼ਤੇਦਾਰ ਨੂੰ, ਆਪਣੇ ਪਰਿਵਾਰ ਦੇ ਮੈਂਬਰ ਨੂੰ ਵਧੀਆ ਨੀਂਦ ਲੈਣੀ ਸਿਖਾ ਸਕਦੇ ਹੋ। ਜਾਣੀ ਕਿ ਉਹਨੂੰ ਉਹ ਵਧੀਆ ਨੀਂਦ ਸੌਵੇਗਾ ਅਤੇ ਖੁਸ਼ ਰਹੇਗਾ। ਤੁਸੀਂ ਖੁਦ ਜਾਂ ਤੁਹਾਡਾ ਆਪਣਾ ਕੋਈ ਮਿੱਤਰ ਪਿਆਰਾ, ਤੁਹਾਡਾ ਕੋਈ ਰਿਸ਼ਤੇਦਾਰ, ਤੁਹਾਡੇ ਘਰ ਦਾ ਮੈਂਬਰ ਅਗਰ ਇਨਸੋਮਨੀਆ ਜਾਣੀ ਕਿ ਉਨੀਂਦਰੇ ਦਾ ਸ਼ਿਕਾਰ ਹੈ ਤਾਂ ਅੱਜ ਦੀ ਵੀਡੀਓ ਇਹ ਤੁਹਾਡੇ ਵਾਸਤੇ ਹੀ ਹੈ। ਅਤੇ ਅੱਗੇ ਜਿਹੜੀਆਂ ਮੈਂ ਦਵਾਈਆਂ ਦੱਸਾਂਗਾ, ਜਿਵੇਂ ਜਿਵੇਂ ਉਹਨਾਂ ਦੀ ਖੁਰਾਕ ਲੈਣੀ ਹੈ, ਜਿਹੜੀ ਉਹਨਾਂ ਦੀ ਤਾਕਤ ਚਾਹੀਦੀ ਹੈ, ਜਿਹੜੀ ਉਹਨਾਂ ਦੀ ਪੋਟੈਂਸੀ ਚਾਹੀਦੀ ਹੈ, ਉਨੀਂਦਰਾ ਕਿਉਂ ਹੋਇਆ, ਉਹਦੇ ਪਿੱਛੇ ਕਾਰਨ ਕੀ ਸੀ, ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਦੋਂ ਤੁਸੀਂ ਇੱਕ ਚੁਣੀ ਹੋਈ ਦਵਾਈ ਉਸ ਮਰੀਜ਼ ਨੂੰ ਦਿਓਗੇ, ਜਾਂ ਖੁਦ ਅਗਰ ਤੁਸੀਂ ਇਨਸੋਮਨੀਏ ਦੇ ਉਨੀਂਦਰੇ ਦੇ ਮਰੀਜ਼ ਹੋ ਤਾਂ ਉਹ ਦਵਾਈ ਲਓਗੇ ਤਾਂ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਬਹੁਤ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਏਗੀ ਅਤੇ ਤੁਸੀਂ ਬਹੁਤ ਖੁਸ਼ ਆਨੰਦ ਮਹਿਸੂਸ ਕਰੋਗੇ। ਇੱਕ ਉਨੀਂਦਰਾ ਹੁੰਦਾ ਹੈ ਜਦੋਂ ਸਾਡੇ ਆਪਣੇ ਕਿਸੇ ਦੀ ਮੌਤ ਹੋ ਗਈ ਹੋਵੇ, ਸਾਡੇ ਨਜ਼ਦੀਕੀ ਸਾਖ ਸੰਬੰਧੀ ਜਾਂ ਘਰ ਦੇ ਮੈਂਬਰ ਦੀ ਕਿਸੇ ਦੀ ਮੌਤ ਹੋ ਗਈ ਹੋਵੇ, ਤਾਂ ਉਹਦੇ ਨਾਲ ਸਾਨੂੰ ਇੱਕ ਸਦਮਾ ਲੱਗਦਾ ਹੈ, ਅਸੀਂ ਉਦਾਸ ਹੋ ਜਾਂਦੇ ਹਾਂ। ਕਈ ਵਾਰ ਇਹੋ ਜਿਹਾ ਵਿਅਕਤੀ ਜਿਹਨੂੰ ਸਦਮਾ ਲੱਗਾ ਹੋਵੇ ਉਹ ਆਪਣੀ ਸੁੱਧ ਬੁੱਧ ਖੋ ਬੈਠਦਾ ਹੈ, ਉਹ ਬੇਹੋਸ਼ ਹੋ ਜਾਂਦਾ ਹੈ, ਉਹਨੂੰ ਦੌਰੇ ਵੀ ਪੈਣ ਲੱਗ ਪੈਂਦੇ ਨੇ, ਜਾਂ ਉਹ ਉਨੀਂਦਰੇ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਹਦੇ ਵਾਸਤੇ ਹੋਮਿਓਪੈਥੀ ਦੇ ਵਿੱਚ ਸਭ ਤੋਂ ਵਧੀਆ ਦਵਾਈ ਹੈ ਇਗਨੇਸ਼ੀਆ। ਇਗਨੇਸ਼ੀਆ ਦੇਣ ਨਾਲ ਬਹੁਤ ਜਲਦੀ ਉਹਨੂੰ ਆਰਾਮ ਮਿਲੇਗਾ ਅਤੇ ਉਹਦੀਆਂ ਸਾਰੀਆਂ ਅਲਾਮਤਾਂ ਜਿਹੜੀਆਂ ਕਿ ਉਹਨੂੰ ਤੰਗ ਕਰਦੀਆਂ ਨੇ, ਉਹਨੂੰ ਪਰੇਸ਼ਾਨ ਕਰਦੀਆਂ ਨੇ, ਉਹ ਦੁਖੀ ਰਹਿੰਦਾ, ਪਰੇਸ਼ਾਨ ਰਹਿੰਦਾ, ਉਦਾਸ ਰਹਿੰਦਾ, ਉਹ ਸਭ ਕੁਛ ਠੀਕ ਹੋ ਜਾਏਗਾ ਅਤੇ ਉਹਨੂੰ ਨੀਂਦ ਵੀ ਬਹੁਤ ਸੋਹਣੇ ਢੰਗ ਨਾਲ ਆਉਣ ਲੱਗ ਪਏਗੀ। ਕਈ ਵਾਰ ਪਿਆਰ 'ਚ ਧੋਖਾ ਮਿਲਣ ਨਾਲ ਵੀ ਕਈ ਲੋਕ ਉਨੀਂਦਰੇ ਦੇ ਸ਼ਿਕਾਰ ਹੋ ਜਾਂਦੇ ਨੇ। ਉਹ ਆਪਣੇ ਕਿਸੇ ਮਿੱਤਰ ਪਿਆਰੇ ਨੂੰ, ਕਿਸੇ ਸੱਜਣ ਨੂੰ ਜਿਹਨੂੰ ਉਹ ਬਹੁਤ ਚਾਹੁੰਦੇ ਨੇ, ਕਈ ਵਾਰ ਉਹ ਧੋਖਾ ਦੇ ਦੇਵੇ ਤਾਂ ਫਿਰ ਉਹ ਇਕੱਲਾ ਰਹਿਣਾ ਪਸੰਦ ਕਰਦੇ ਨੇ, ਉਦਾਸ ਮਨ ਹੋ ਜਾਂਦਾ ਹੈ, ਉਦਾਸ ਉਦਾਸ ਰਹਿੰਦੇ ਨੇ, ਕਿਸੇ ਨੂੰ ਮਿਲ ਕੇ ਖੁਸ਼ ਨਹੀਂ ਹੁੰਦੇ, ਇਕੱਲੇ ਰਹਿਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਅਤੇ ਇਹੋ ਜਿਹੇ ਮੌਕੇ 'ਤੇ ਸਭ ਤੋਂ ਵਧੀਆ ਦਵਾਈ ਹੈ ਨੈਟਰਮਿਊਰ। ਇੱਕ ਬਹੁਤ ਜ਼ਿਆਦੀਆਂ ਦਵਾਈਆਂ ਖਾਣ ਵਾਲੇ ਜਿਹੜੇ ਅੰਗਰੇਜ਼ੀ ਦਵਾਈਆਂ ਬਹੁਤ ਜ਼ਿਆਦੀਆਂ ਆਪਣੀ ਮਰਜ਼ੀ ਨਾਲ ਖਾਂਦੇ ਨੇ, ਕੋਈ ਸਿਰ ਦਰਦ ਦੀ, ਕੋਈ ਪੇਟ ਦਰਦ ਦੀ, ਕੋਈ ਲਿੱਛਾਂ ਦੀ, ਕੋਈ ਜ਼ੁਕਾਮ ਦੀ, ਆਪਣੀ ਮਰਜ਼ੀ ਨਾਲ ਜਾ ਕੇ ਕੈਮਿਸਟੋਂ ਦਵਾਈਆਂ ਲੈ ਲੈਂਦੇ ਨੇ, ਜਾਂ ਵੈਸੇ ਵੀ ਉਹਨਾਂ ਨੂੰ ਕਈ ਵਾਰ ਦਰਦ ਦੀਆਂ ਬਹੁਤ ਦਵਾਈਆਂ, ਪੇਨ ਕਿਲਰ ਬਹੁਤ ਖਾਂਦੇ ਨੇ, ਜਾਂ ਕਈ ਲੋਕ ਹੋਰ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ। ਜ਼ਿਆਦਾ ਨਸ਼ੇ ਕਰਨ ਕਰਕੇ ਵੀ ਉਹਨਾਂ ਨੂੰ ਕਈ ਵਾਰ ਉਨੀਂਦਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹੋ ਜਿਹੇ ਲੋਕਾਂ ਦਾ ਲਿਵਰ ਵੀ ਖਰਾਬ ਹੋ ਜਾਂਦਾ ਹੈ, ਉਹ ਕਮਜ਼ੋਰ ਹੋ ਜਾਂਦਾ ਹੈ ਜਾਂ ਫੈਟੀ ਹੋ ਜਾਂਦਾ ਹੈ, ਬਾਰ ਬਾਰ ਉਹਨਾਂ ਨੂੰ ਲੈਟਰਿਨ ਜਾਣਾ ਪੈਂਦਾ ਹੈ, ਬਾਰ ਬਾਰ ਮਲ ਤਿਆਗ ਕਰਨ ਵਾਸਤੇ ਜਾਣਾ ਪੈਂਦਾ, ਪੇਟ ਉਹਨਾਂ ਦਾ ਸਾਫ਼ ਫਿਰ ਵੀ ਨਹੀਂ ਹੁੰਦਾ।
ਇਹਦੇ ਵਾਸਤੇ ਸਭ ਤੋਂ ਵਧੀਆ ਦਵਾਈ ਹੈ ਨਕਸ ਵੋਮਿਕਾ। ਅਗਰ ਤੁਹਾਡੀ ਪੇਟ ਦੀ ਖਰਾਬੀ ਕਾਰਨ, ਲਿਵਰ ਦੀ ਖਰਾਬੀ ਕਾਰਨ ਉਨੀਂਦਰਾ ਹੈ, ਕਬਜ਼ ਕਾਰਨ ਉਨੀਂਦਰਾ ਹੈ, ਤਾਂ ਤੁਹਾਡੇ ਵਾਸਤੇ ਨਕਸ ਵੋਮਿਕਾ ਬਹੁਤ ਵਧੀਆ ਦਵਾਈ ਹੈ। ਇੱਕ ਹੋਰ ਅਜੀਬ ਕਿਸਮ ਦਾ ਇਨਸੋਮੀਆ ਯਾਨੀ ਕਿ ਉਨੀਂਦਰਾ ਵੀ ਹੁੰਦਾ ਹੈ, ਜਿਹਦੇ ਵਿੱਚ ਮਰੀਜ਼ ਲੰਮਾ ਪੈ ਕੇ ਸੌ ਹੀ ਨਹੀਂ ਸਕਦਾ। ਥੋੜ੍ਹੇ ਦਿਨ ਪਹਿਲਾਂ ਇੱਕ ਮੇਰੇ ਕੋਲ ਔਰਤ ਆਈ, ਉਸ ਬਜ਼ੁਰਗ ਔਰਤ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਹ ਲੰਮੇ ਪੈ ਕੇ ਸੌ ਹੀ ਨਹੀਂ ਸਕਦੀ, ਉਹਨੂੰ ਸੌਣ ਵਾਸਤੇ ਬੈਠਣਾ ਪੈਂਦਾ ਹੈ ਅਤੇ ਉਹ ਸਾਰੀ ਰਾਤ ਬੈਠ ਕੇ ਹੀ ਸੌਂਦੀ ਹੈ। ਤੁਹਾਨੂੰ ਜ਼ਰੂਰ ਇਹ ਗੱਲ ਅਜੀਬ ਲੱਗੀ ਹੋਏਗੀ, ਪਰ ਹੋਮਿਓਪੈਥੀ ਵਿੱਚ ਇਹਦੇ ਵਾਸਤੇ ਇੱਕੋ ਇੱਕ ਦਵਾਈ ਹੈ, ਆਰਸੈਨਿਕ ਐਲਬਮ। ਜਦੋਂ ਮੈਂ ਉਹਨੂੰ ਆਰਸੈਨਿਕ ਐਲਬਮ 30 ਦੀਆਂ ਕੁਝ ਖੁਰਾਕਾਂ ਦਿੱਤੀਆਂ ਤਾਂ ਇੱਕ ਦੋ ਦਿਨ ਵਿੱਚ ਹੀ ਉਹਨੂੰ ਲੰਮੇ ਪੈ ਕੇ ਬਹੁਤ ਵਧੀਆ ਨੀਂਦ ਆਉਣ ਲੱਗ ਪਈ ਅਤੇ ਉਹ ਬਹੁਤ ਖੁਸ਼ ਸੀ। ਅਗਰ ਹੁਣ ਤੱਕ ਤੁਸੀਂ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਅਤੇ ਨਾਲ ਬੈੱਲ ਆਈਕੋਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹੋਰ ਵੀਡੀਓ ਦੀ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਹਦਾ ਲਿੰਕ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾ ਸਕਣ। ਧੰਨਵਾਦ। ਦੋ ਦਵਾਈਆਂ ਦਾ ਜ਼ਿਕਰ ਕਰਨਾ ਹੋਰ ਜ਼ਰੂਰੀ ਸਮਝਦਾ ਹਾਂ। ਇੱਕ ਹੈ ਪੈਸੀਫਲੋਰਾ ਕਿਊ ਅਤੇ ਦੂਸਰੀ ਕੈਲੀਫੋਸ 6X। ਇਹ ਹੈ ਪੈਸੀਫਲੋਰਾ ਕਿਊ, ਇਹਦਾ ਮੇਰੇ ਕੋਲ ਪੂਰਾ ਪਾਉਂਡ ਹੁੰਦਾ ਹੈ ਕਿਉਂਕਿ ਮੈਂ ਕਈਆਂ ਮਰੀਜ਼ਾਂ ਨੂੰ ਦੇਣਾ ਹੁੰਦਾ। ਤੁਸੀਂ ਇਹਦੀ ਛੋਟੀ ਪੈਕਿੰਗ 30 ml ਦੀ ਲਿਆ ਸਕਦੇ ਹੋ, ਕਿਸੇ ਵੀ ਕੰਪਨੀ ਦੀ SPL ਦੀ ਜਾਂ ਸ਼ੋਬੇ ਦੀ ਜਾਂ ਹੋਰ ਲੋਟਸ ਕਈ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਬਹੁਤ ਵਧੀਆ ਦਵਾਈਆਂ ਬਣਾਉਂਦੀਆਂ ਨੇ। ਅਗਰ ਤੁਸੀਂ ਇਹਦਾ ਸਵਾਦ ਥੋੜ੍ਹਾ ਢੰਗ ਦਾ ਚਾਹੁੰਦੇ ਹੋ ਤਾਂ ਤੁਸੀਂ ਜਰਮਨ ਦੀ ਦਵਾਈ ਵਰਤ ਸਕਦੇ ਹੋ, ਕਿਉਂਕਿ ਜਰਮਨ ਦੀ ਅਲਕੋਹਲ ਜੇ ਉਹ ਬਹੁਤ ਵਧੀਆ ਹੁੰਦੀ ਹੈ, ਉਹਦਾ ਸਵਾਦ ਜ਼ਿਆਦਾ ਤਿੱਖਾ ਨਹੀਂ ਹੁੰਦਾ। ਇਹ ਦਵਾਈ ਹੈ ਕੈਲੀਫੋਸ 6X। ਇਹ ਪੈਸੀਫਲੋਰਾ ਕਿਊ ਦੀਆਂ 20-20-20 ਜਾਣੀ ਕਿ ਦਿਨ ਵਿੱਚ 3 ਵਾਰ ਕਿਸੇ ਗਲਾਸ ਵਿੱਚ ਥੋੜ੍ਹਾ ਜਿਹਾ ਪਾਣੀ, 2-3 ਚਮਚ ਪਾਣੀ ਪਾ ਕੇ 20 ਬੂੰਦਾਂ ਪੈਸੀਫਲੋਰਾ ਕਿਊ ਦੀਆਂ ਪਾ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ 3 ਟਾਈਮ ਪੀਓ ਤਾਂ ਕੁਝ ਦਿਨਾਂ ਵਿੱਚ ਹੀ ਨੀਂਦ ਬਹੁਤ ਸਹੀ ਢੰਗ ਨਾਲ ਆਉਣ ਲੱਗ ਪਏਗੀ। ਇਹਦੇ ਨਾਲ ਹੀ ਕੈਲੀਫਾਸ 6X, ਕੈਲੀਫਾਸ 6X ਦੀਆਂ 4-4-4 ਜਾਣੀ ਕਿ 4 ਗੋਲੀਆਂ ਸਵੇਰੇ, 4 ਗੋਲੀਆਂ ਦੁਪਹਿਰੇ ਅਤੇ 4 ਗੋਲੀਆਂ ਸ਼ਾਮ ਨੂੰ ਚੂਸੋਗੇ। ਇਹ ਪੈਸੀਫਲੋਰਾ ਕਿਊ 20-20 ਬੂੰਦਾਂ 3 ਟਾਈਮ ਅਤੇ ਕੈਲੀਫਾਸ 6X 4-4 ਗੋਲੀਆਂ 3 ਟਾਈਮ, ਅਗਰ ਇਹ ਥੋੜ੍ਹੇ ਦਿਨ ਲਓਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਏਗੀ, ਬੇਸ਼ੱਕ ਉਹ ਕਿਸੇ ਵੀ ਕਾਰਨ ਤੋਂ।